ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਜੋ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਰ ਬੀਜੇਪੀ ਦੇ ਵਿੱਚ ਚਲੇ ਗਏ ਸਨ, ਹੁਣ ਉਹਨਾਂ ਦੀ ਮੁੜ ਵਾਪਸੀ ਕਾਂਗਰਸ ਪਾਰਟੀ ਵਿੱਚ ਦੁਬਾਰਾ ਹੋਈ ਹੈ। ਮੋਹਾਲੀ ਦੇ ਉੱਗੇ ਸਮਾਜ ਸੇਵੀ ਹੈਪੀ ਮਲਿਕ ਅੱਜ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਵੱਡੇ ਇਕੱਠ ਦੇ ਨਾਲ ਚੰਡੀਗੜ੍ਹ ਵੱਲ ਰਵਾਨਾ ਹੁੰਦੇ ਹੋਏ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਸਰਦਾਰ ਬਲਬੀਰ ਸਿੰਘ ਸਿੱਧੂ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਰਾਜਾ ਬੜਿੰਗ ਜਿੰਦਾਬਾਦ, ਰਾਜਾ ਬੜਿੰਗ ਜਿੰਦਾਬਾਦ, ਜਿੱਤੀ ਸਿੱਧੂ ਜਿੰਦਾਬਾਦ, ਜਿੱਤੀ ਸਿੱਧੂ ਜਿੰਦਾਬਾਦ। ਆਪਣੇ ਕੋਲ ਇਹ ਆਪਾਂ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਆਪਾਂ ਬੇਟੇ ਹਾਂ ਕਿ ਆਪਾਂ ਨੂੰ ਬੇਟੇ ਜਿੰਨਾ ਹੀ ਪਿਆਰ ਕਰਦੇ ਹਾਂ। ਆਪਣੇ ਕੋਲ ਕਾਂਗਰਸ ਪਾਰਟੀ ਦਾ ਅਹੁਦਾ ਕੋਈ ਨਹੀਂ ਹੈ, ਪਰ ਆਪਾਂ ਛੋਟੇ ਜਿਹੇ ਵਰਕਰ ਹੈ ਕਾਂਗਰਸ ਪਾਰਟੀ ਦੇ, ਅਤੇ ਆਪਾਂ ਅੱਜ ਸਾਰਾ ਇਕੱਠ ਕਰਕੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਨਾਲ ਅੱਜ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਹਾਂ। ਤਾਂ ਜਿਹੜੀ ਤੁਸੀਂ ਅੱਜ ਇੱਡਾ ਇਕੱਠ ਕਰਕੇ ਉੱਥੇ ਲੈ ਕੇ ਚੱਲੇ ਹੋ, ਕੀ ਦੱਸਣਾ ਚਾਹੁੰਦੇ ਹੋ, ਕੀ ਪੰਜਾਬ ਵਾਸਤੇ ਕੀ ਸੁਨੇਹਾ ਤੁਹਾਡਾ? ਪੰਜਾਬ ਵਾਸਤੇ ਸੁਨੇਹਾ ਵੀ ਜਿਹੜਾ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਨੇ ਪੰਜਾਬ ਨੂੰ ਮੂਹਰੇ ਰੱਖ ਕੇ ਅੱਜ ਦੁਬਾਰਾ ਕਾਂਗਰਸ ਪਾਰਟੀ ਨੂੰ ਜੁਆਇਨ ਕਰਿਆ, ਅਤੇ ਜਿਹੜੇ ਵੀ ਲੋਕ ਕਹਿੰਦੇ ਜੀ ਵੀ ਦੁਬਾਰਾ ਜੁਆਇਨ ਕਰਿਆ, ਦੇਖੋ ਪਰਿਵਾਰਾਂ 'ਚ ਵੀ ਨਾਰਾਜ਼ਗੀਆਂ ਹੁੰਦੀਆਂ, ਪਰਿਵਾਰ ਸੀ ਬੜਾ ਇੱਕ ਕਾਂਗਰਸ ਪਾਰਟੀ ਇੱਕ ਪਰਿਵਾਰ ਹੈ, ਛੋਟੀ ਜਿਹੀ ਕੋਈ ਗੱਲ ਪਿੱਛੇ ਨਾਰਾਜ਼ਗੀ ਹੋ ਗਈ, ਚਲੋ ਜੀ ਪੰਜ ਚਾਰ ਮਹੀਨੇ ਸਵੇਰ ਦਾ ਭੁੱਲਿਆ ਸ਼ਾਮੀ ਘਰ ਆ ਜਾਂਦਾ, ਭੁੱਲਿਆ ਨਹੀਂ ਕਹਿੰਦੇ, ਇਸ ਕਰਕੇ ਅੱਜ ਸਾਰੇ ਇਕੱਠੇ ਹੋ ਗਏ ਸੀ ਸਰਦਾਰ ਬਲਬੀਰ ਸਿੱਧੂ ਜੀ ਦਾ ਸਾਥ ਦੇ ਕੇ ਅੱਜ ਦੀ ਪਾਰਟੀ ਜੁਆਇਨ ਕਰਨ ਚੱਲੇ ਹਾਂ। ਐਮਪੀ ਦੇ ਇਲੈਕਸ਼ਨ ਆ ਰਹੇ ਨੇ ਜੀ ਅਗਲੇ ਸਾਲ 2024 ਦੇ ਵਿੱਚ, ਤਾਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਮੈਨੂੰ ਇਹ ਲੱਗਦਾ ਕਿ ਆਪਣਾ ਮੈਂ ਰਾਹੁਲ ਗਾਂਧੀ ਜੀ ਨੂੰ ਇੱਕ ਬੇਨਤੀ ਕਰਾਂਗਾ ਅਤੇ ਰਾਜਾ ਬੜਿੰਗ ਜੀ ਨੂੰ ਵੀ, ਸ਼ਾਇਦ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੇ ਮੁਕਾਬਲੇ ਦਾ ਕੋਈ ਕੈਂਡੀਡੇਟ ਅਗਰ ਤੁਸੀਂ ਆਨੰਦਪੁਰ ਹਲਕੇ 'ਚ ਕਹੋ ਤਾਂ ਨਹੀਂ ਹੈ ਕੋਈ, ਕਿਉਂਕਿ ਪਰਸਨਲ ਵੋਟ ਆਨੰਦਪੁਰ ਹਲਕੇ 1.5 ਲੱਖ ਅਤੇ ਇਕੱਲੇ ਮੋਹਾਲੀ 'ਚ 40-45 ਹਜ਼ਾਰ ਵੋਟ ਇਹਦੀ ਪਰਸਨਲ ਹੈ, ਜਿਹੜੀ ਇਹਦੇ ਚਿੱਟੇ ਝੰਡੇ ਥੱਲੇ ਖੜ ਜਾਂਦੀ ਆ ਕੇ, ਅਤੇ ਇਹ ਲੋ ਜਿੰਨਾ ਵੀ 1.5 ਲੱਖ ਪਰਿਵਾਰ ਆ ਇਹਦੇ ਨਾਲ ਜੁੜਿਆ ਹੋਇਆ, ਇਹਦੀ ਪਾਰਟੀ ਨਾਲ ਨਹੀਂ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੇ ਨਾਲ ਜੁੜਿਆ। ਝਾਂਪੁਰ ਦੇ ਵਿੱਚੋਂ ਅੱਜ ਕਿੰਨਾ ਇਕੱਠ ਜਿਹੜਾ ਲੈ ਕੇ ਚੱਲੇ ਹੋ ਜਿਹੜੀ ਰੈਲੀ? ਝਾਂਪੁਰ ਤੋਂ ਨਹੀਂ ਜੀ, ਸਾਹੜਾ ਪਿੰਡ ਤੋਂ ਹੈ, ਝਾਂਪੁਰ ਤੋਂ ਹੈ, ਜੁਝਾਰ ਨਗਰ ਤੋਂ ਹੈ, ਨਡਿਆਲੇ ਤੋਂ ਹੈ, ਅਤੇ ਆਪਣੇ ਭਾਗੋ ਮਾਜਰੇ ਤੋਂ ਹੈ, ਕਈ ਪਿੰਡਾਂ ਤੋਂ ਮੇਰੇ ਨਾਲ 70-72 ਗੱਡੀਆਂ ਹੈ ਲਾਈਨ ਲਾ ਕੇ, ਅਤੇ 3 ਬੱਸਾਂ ਨੇ, ਜਿਹੜਾ ਟੋਟਲ ਮੇਰੇ ਹਿਸਾਬ ਨਾਲ 600-700 ਬੰਦਾ ਹੈ, ਅਤੇ ਜਿਹੜੀ ਮੈਂ ਕੋਈ ਬਹੁਤੀ ਮਿਹਨਤ ਵੀ ਨਹੀਂ ਕਰੀ, ਸਿਰਫ ਮੈਂ ਛੋਟਾ ਸੁਨੇਹਾ ਲਾਇਆ ਵੀ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਨੇ ਕੱਲ੍ਹ ਨੂੰ ਪਾਰਟੀ ਜੁਆਇਨ ਕਰਨੀ ਹੈ, ਅਤੇ ਜੋਸ਼ ਦੁਆਰਾ ਸਾਰੇ ਵਰਕਰਾਂ 'ਚ ਆ ਗਿਆ। ਠੀਕ ਹੈ ਸਰ, ਆਪਣਾ ਨਾਂ ਦੱਸਿਓ, ਤਾਂ ਅੱਜ ਕਿੱਥੋਂ ਚੱਲੇ ਹੋ ਤਾਂ ਕੀ ਹੈਗੀ ਹੈ ਜਿਹੜੀ? ਮੇਰਾ ਨਾਮ ਜੀ ਸੰਜੇ ਕੁਮਾਰ ਹੈ, ਇਹ ਹੈਪੀ ਸਰ, ਇਹ ਮੇਰਾ ਸਾਲਾ ਹੈ ਜੀ, ਅਸੀਂ ਇਹਦੇ ਨਾਲ ਹੀ ਕੰਮ ਕਰਦੇ ਹਾਂ, ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕਰਨ ਚੱਲੇ ਹਾਂ ਜੀ, ਠੀਕ ਹੈ, ਔਰ ਬਲਬੀਰ ਸਿੱਧੂ ਵਿੱਚ ਆਸਥਾ ਰੱਖਦੇ ਹਾਂ। ਠੀਕ ਹੈ ਜੀ, ਤਾਂ ਜਿਹੜੀ ਡਿਵੈਲਪਮੈਂਟ ਹੈ ਉਸ ਬਾਰੇ ਕੀ ਕਹਿੰਦੇ ਹੋ ਕਿ ਜਦੋਂ ਕਾਂਗਰਸ ਸਰਕਾਰ ਸੀਗੀ ਔਰ ਅੱਜ ਦੀ ਸਰਕਾਰ ਇਸ ਦੇ ਵੱਲ ਕੀ ਹੈ? ਕਾਂਗਰਸ ਸਰਕਾਰ ਨੇ ਬਹੁਤ ਅੱਛਾ ਕਾਰਜ ਕੀਤਾ ਜੀ, ਦੇਖੋ ਜੋ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਉਹ ਕਾਂਗਰਸ ਸਰਕਾਰ ਨੇ ਕੀਤਾ। ਠੀਕ ਹੈ ਜੀ, ਤਾਂ ਕਿਆ ਕਹਿਣਾ ਚਾਹੁੰਦੇ ਹੋ ਕਿ 2024 ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਉਸ 'ਚ ਕੀ ਸਪੋਰਟ ਕਰੂੰਗੇ ਬਲਬੀਰ? ਦੇਖੋ ਜੀ, 2024 ਦੇ ਅੰਦਰ ਬਲਬੀਰ ਸਿੱਧੂ ਜੀ ਅਗਲੇ ਐਮ ਪੀ ਆਉਣੇ ਵਾਲੇ ਐਮ ਪੀ ਹੈ। ਅੱਛਾ ਜੀ, ਤਾਂ ਕੀ ਲੱਗਦਾ ਕਿ ਵਿਕਾਸ ਹੋਏਗਾ ਇਲਾਕੇ ਦਾ? ਬਿਲਕੁਲ ਵਿਕਾਸ ਹੋਏਗਾ ਜੀ, ਠੀਕ, ਕਾਂਗਰਸ ਸਰਕਾਰ ਨੇ ਵਿਕਾਸ ਕੀਤਾ ਇਸ ਦੇਸ਼ ਦਾ, ਠੀਕ, ਬਾਕੀ ਸਰਕਾਰਾਂ ਤੋਂ ਮੈਨੂੰ ਤੋਂ ਵਿਕਾਸ ਨਜ਼ਰ ਨਹੀਂ ਆਇਆ। ਠੀਕ।